ਲਓ ਵੀ ਬਾਬਿਓ ਆ ਗਏ ਆਪਾਂ ਗੁਰਦੁਆਰਾ ਸੇਰਾ ਸਾਹਿਬ ਇਹ ਆ ਜੀ ਗੁਰਦੁਆਰਾ ਸੇਰਾ ਸਾਹਿਬ ਬਾਬੇ ਹੁਣ ਅਸੀਂ ਚੱਲੇ ਹਾਂ ਬਾਥਰੂਮ ਵੱਲ ਇੱਥੇ ਇਸ਼ਨਾਨ ਕਰਾਂਗੇ ਪਹਿਲਾਂ ਨਹਾਵਾਂਗੇ ਅਤੇ ਫਿਰ ਮੱਥਾ ਟੇਕਾਂਗੇ ਕਿਉਂਕਿ ਪਹਿਲਾਂ ਇਸ਼ਨਾਨ ਕਰਨਾ ਜ਼ਰੂਰੀ ਹੁੰਦਾ ਨਾ ਤਾਂ ਹੁਣ ਪਹਿਲਾਂ ਇਸ਼ਨਾਨ ਕਰਨ ਚੱਲੇ ਹਾਂ ਜੀ ਬਾਕੀ ਪਹਾੜਾਂ ਦਾ ਵਿਊ ਚੈੱਕ ਕਰੋ ਓਵਰਆਲ ਕਿੰਨਾ ਘੈਂਟ ਆ ਰਿਹਾ ਸਾਰੇ ਪਹਾੜੀ ਇਲਾਕੇ ਹੀ ਸ਼ੁਰੂ ਹੋ ਜਾਂਦੇ ਨੇ ਦੇਖੋ ਪਹਾੜੇ ਪਹਾੜਨੇ ਵਾਲੇ ਸਾਡੀਆਂ ਤਿਆਰੀਆਂ ਨੇ ਨਹਾਉਣ ਦੀਆਂ ਨਹਾ ਧੋ ਕੇ ਆਪਾਂ ਤੁਹਾਨੂੰ ਮਿਲਦੇ ਹਾਂ ਪਹਿਲਾਂ ਉਹ ਨਹਾਊਗਾ ਆਪਣੇ ਨਾਲ ਦਾ ਫਿਰ ਮੈਂ ਨਹਾਊਂਗਾ ਜਾ ਕੇ ਅਤੇ ਨਹਾ ਧੋ ਕੇ ਮਿਲਦੇ ਹੁਣ ਆਪਾਂ ਇਹ ਆ ਪਹਾੜਾਂ ਦੀ ਹਵਾ ਠੰਡੀ ਠੰਡੀ ਸਵੇਰੇ ਸਵੇਰੇ ਜਿਹੜੀ ਮਿਲਦੀ ਸੀ ਐਂਟ ਆ ਰਿਹਾ ਇੱਥੇ ਪਰ ਬਾਥਰੂਮ ਨਹੀਂ ਮਿਲਿਆ ਕੋਈ ਬਾਬੇ ਉਹ ਨਹਾ ਧੋ ਕੇ ਰੈਡੀ ਹੋ ਗਏ ਅਸੀਂ ਅਤੇ ਮੇਰੇ ਵਾਸਤੇ ਦੁਮਾਲਾ ਬੰਨਣਾ ਇਹਨੇ ਸਿਰ 'ਤੇ ਕਿਉਂਕਿ ਹੁਣ ਇਹ ਬੰਨ ਰਿਹਾ ਵਾ ਕਹਿੰਦਾ ਪਹਿਲਾਂ ਮੈਨੂੰ ਬੰਨਣਾ ਫਿਰ ਮੈਂ ਤੇਰੇ ਬੰਨੂੰਗਾ ਅਤੇ ਫਿਰ ਆਪਾਂ ਮੱਥਾ ਟੇਕਾਂਗੇ ਜਾ ਕੇ ਹੁਣ ਆਪਾਂ ਤਿਆਰ ਹੋਈਏ ਪਹਿਲਾਂ ਤਿਆਰ ਦੇਖੋ ਇਹਨੇ ਮੈਨੂੰ ਹੈਂਗਰ ਬਣਾਇਆ ਮੇਰੇ 'ਤੇ ਕੱਪੜੇ ਟੰਗੀ ਜਾਂਦਾ ਵਾ ਕਿੰਨੇ ਕੁ ਟੰਗਣੇ ਹੋਰ ਪਹਾੜਾਂ ਦਾ ਵਿਊ ਦੇਖੋ ਕਿੰਨਾ ਘੈਂਟ ਆਉਂਦਾ ਬਾਬੇ ਸਨਸੈਟ ਦੇਖ ਉੱਧਰ ਸੂਰਜ ਨਿਕਲਦਾ ਦੇਖ ਉੱਧਰ ਪਕੌੜੇ ਖਾਣ ਦਾ ਵੀ ਨਜ਼ਾਰਾ ਪਹਾੜਾਂ 'ਚ ਆਉਂਦਾ ਦੇਖੋ ਯਾਰ ਸਾਹਮਣੇ ਪਹਾੜ ਹੋਣਾ ਹੋਰ ਵੀ ਨਜ਼ਾਰਾ ਆਉਂਦਾ ਬਾਬਾ ਜੀ ਪਕੌੜੇ ਲੈਣੇ ਮੈਂ ਦੁਮਾਲਾ ਬਣਾਉਣਾ ਹੁਣ ਮੈਂ ਦੁਮਾਲਾ ਬਣਾਉਣ ਲੱਗਾ ਸੀਗਾ ਦੇਖਿਓ ਹੁਣ ਦੁਮਾਲਾ ਬੰਨਿਆ ਨਹੀਂ ਗਿਆ ਹੈਗਾ ਆਪਾਂ ਅੱਗੇ ਜਾ ਕੇ ਟਰਾਈ ਕਰਾਂਗੇ ਦੁਮਾਲਾ ਬੰਨਣ ਦੀ ਕਿਉਂਕਿ ਇੱਥੇ ਇਹਨਾਂ ਲੇਟ ਜੇ ਕਰੀ ਗਏ ਤਾਂ ਕਰਕੇ ਦੁਮਾਲਾ ਜਿਹਾ ਨਹੀਂ ਬੰਨਿਆ ਗਿਆ ਮੇਰੇ ਤੋਂ ਆਹ ਦੇਖੋ ਬਾਕੀ ਉਰੇ ਵਿਊ ਭੀੜ ਲੱਗ ਗਈ ਕਿਉਂਕਿ ਟਰਾਲੀ ਨਾ ਖੜੀ ਸੀ ਉਰੇ ਭੀੜ ਲੱਗ ਗਈ ਤਾਂ ਕਰਕੇ ਇੱਥੇ ਮਿੰਟ 'ਤੇ ਭੀੜ ਲਾ ਜਾਂਦੀ ਆ ਐਂ ਨਹੀਂ ਗਾ ਵੀ ਨਾਲ ਦੀ ਨਾਲ ਗੱਡੀ ਜਾਣ ਪਰ ਭੀੜ ਇੱਥੇ ਲਾ ਜਾਂਦੀ ਕਿਉਂਕਿ ਰਾਹ ਛੋਟਾ ਵਾ ਨਾ ਤਾਂ ਕਰਕੇ ਬਾਬੇ ਇੱਕ ਜ਼ਰੂਰੀ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਜੇ ਤੁਸੀਂ ਵੀ ਅਨੰਦਪੁਰ ਸਾਹਿਬ ਆ ਰਹੇ ਹੋ ਨਾ ਮੋਟਰਸਾਈਕਲਾਂ 'ਤੇ ਜਾਂਦੇ ਹੋ ਚੌੜ ਨਾ ਕਰਿਓ ਕਿਉਂਕਿ ਸਾਡੇ ਮੂਹਰੇ ਦੋ ਬੰਦਿਆਂ ਦੇ ਐਕਸੀਡੈਂਟ ਹੋਏ ਨੇ ਤਿੰਨ ਮੁੰਡੇ ਸੀਗੇ ਗਿਰ ਗਏ ਮੋਟਰਸਾਈਕਲ ਤੋਂ ਚਰੀਟਾਂ ਹੀ ਪਈਆਂ ਨੇ ਉਹਨਾਂ ਦੇ ਮਤਲਬ ਚੰਗਿਆੜੇ ਨਿਕਲਦੇ ਗਏ ਨੇ ਫੁੱਲੜਬਾਜ਼ੀ ਨਾ ਕਰਿਆ ਕਰੋ ਜਿਵੇਂ ਸਲਾਂਸਰ ਜੇ ਪੜਾ ਕੇ ਆਉਂਦੇ ਨੇ ਕਈ ਮੋਟਰਸਾਈਕਲਾਂ 'ਤੇ ਉਹ ਗਲਤ ਗੱਲ ਆ ਆਉਣਾ ਮਤਲਬ ਸ਼ਰਧਾ ਨਾ ਆਓ ਸੱਚੇ ਦਿਲ ਨਾਲ ਆਓ ਵਧੀਆ ਤਰੀਕੇ ਨਾਲ ਆਓ
ਖੜ ਖੜ ਕਰਕੇ ਕੁੰਡਾ ਖੜਕਿਆ ਸਭ ਚੁੱਲ੍ਹਿਆਂ ਦੇ ਵਿੱਚ ਲੁੱਟ ਗਏ ਬਾਪੂ ਨੇ ਅਣਬੂਹੇ ਦੀ ਖੋਲੀ ਤਖਤ ਪੋਸ਼ ਤੋਂ ਉੱਠ ਕੇ ਰੱਜੇ ਦਾਰੂ ਨਾਲ ਪੰਜ ਪੁਰਖੀ ਪਹੁੰਚ ਗਏ ਆਪਣੀ ਇੰਡਸਟਰੀ ਤੇ ਫਾਈਨਲੀ ਆਪਾਂ ਕੇਸਗੜ੍ਹ ਸਾਹਿਬ ਪਹੁੰਚ ਗਏ ਆ ਤੇ ਟਰਾਲੀ ਆਪਾਂ ਸਾਈਡ ਤੇ ਲਾਤੀ ਇਹ ਦਮਾਲਾ ਦੁਬਾਰਾ ਬੰਨ ਲਿਆ ਸੀਗਾ ਮੈਂ ਪਹਿਲਾਂ ਸੈੱਟ ਜਿਹਾ ਨਹੀਂ ਆਇਆ ਸੀਗਾ ਦਮਾਲਾ ਇੱਧਰ ਤਾਂ ਨਹੀਂ ਟਰਾਲੀ ਆਪਣੀ ਮਸਾਂ ਬੰਨਿਆ ਗਿਆ ਵਾ ਵੀ ਜਿਹੜਾ ਵੀ ਬੰਨਿਆ ਵਾ ਚੱਲ ਠੀਕ ਆ ਮੈਂ ਕਿਹਾ ਪਹਿਲਾਂ ਪੱਗ ਮੇਰੀ ਬਾੜੀ ਬੜੀ ਲੱਗਦੀ ਸੀ ਤਾਂ ਕਰਕੇ ਮੈਂ ਦਮਾਲਾ ਬੰਨ ਲਿਆ ਮੈਨੂੰ ਵੀ ਲਪੇੜਤਾ ਇਹਨਾਂ ਨੇ ਦੇਖੋ ਪੂਰਾ ਨੀਲਾ ਕਰਤਾ ਜਾਮਣੀ ਕਰਤਾ ਇਹਨਾਂ ਨੇ ਕਰਤਾ ਚੱਲ ਕੋਈ ਨੀ ਆਪਾਂ ਮੂੰਹ ਧੋਣੇ ਅੱਗੇ ਆ ਕੇ ਕਹੀਂ ਜਾਣਾ ਵਾ ਅੰਦਰ ਭੀੜ ਨੂੰ ਕੱਟਦੇ ਹੋਏ ਅੱਗੇ ਜਾ ਰਹੇ ਹਾਂ ਪਹੁੰਚ ਗਏ ਆਪਾਂ ਸ਼੍ਰੀ ਕੇਸਗੜ੍ਹ ਸਾਹਿਬ ਹੁਣ ਆਪਾਂ ਅੰਦਰ ਜਾ ਕੇ ਤੁਹਾਨੂੰ ਵੀ ਦਿਖਾਵਾਂਗੇ ਗੁਰਦੁਆਰੇ ਸਾਹਿਬ ਦਾ ਥੋੜੀ ਜਿਹੀ ਪਾਇਓ ਥੋੜੀ ਜਿਹੀ ਪਾ ਦੇ
ਗੱਲਬਾਤ ਆ। ਮੈਂ ਤਾਂ ਨਹੀਂ ਪੀਤਾ, ਮੇਰਾ ਢਿੱਡ ਭਰਿਆ ਹੋਇਆ ਸੀਗਾ। ਮੈਂ ਕਿਹਾ ਮਿੱਠਾ ਯਾਰ ਮੈਂ ਤਾਂ ਖਾਧਾ ਨਹੀਂ ਜਾਂਦਾ ਇੰਨਾ, ਤਾਂ ਨਹੀਂ ਮੈਂ ਪੀਤਾ ਹੈਗਾ। ਕਿਉਂ ਰੰਗ ਤੋਂ ਬਚ ਕੇ ਆਏ ਅਸੀਂ ਹੁਣ। ਹੌਲੀ ਚੱਲੀ ਬਾਬਾ, ਹੁਣ ਭੱਜੀ ਨਾ, ਭੱਜਦਾ ਬਹੁਤ। ਇੱਧਰ ਨੂੰ ਬਾਬੇ ਹਸਤ ਘਾਟ ਹੈ, ਇੱਥੇ ਜਿਵੇਂ ਬੰਦੇ ਦੀ ਮੌਤ ਤੋਂ ਬਾਅਦ ਉਹਨੂੰ ਇੱਥੇ ਲਿਆ ਜਾਂਦਾ ਆਖਰੀ ਵਾਰ, ਉਹ ਜਗ੍ਹਾ ਵਾਵੇ ਇੱਥੇ ਬਣਾਈ ਹੋਈ ਹੈ ਇਹਨਾਂ ਨੇ। ਉਹ ਰਿਹਾ ਜਾਂਦਾ ਨਾ ਪਾਣੀ ਚੱਲਦਾ ਰਿਹਾ ਆਲੇ ਦੁਆਲੇ ਨੂੰ, ਜਿੱਥੇ ਫੁੱਲ ਪਾਉਂਦੇ ਨੇ ਲੋਕਾਂ ਦੇ, ਤੁਹਾਨੂੰ ਦਿਖਾਉਂਦੇ ਹਾਂ। ਪਾਣੀ ਸੱਚੀ ਬਹੁਤ ਠੰਡਾ, ਬਰਫ ਵਰਗਾ ਪਾਣੀ ਆ, ਜਿਵੇਂ ਉਹ ਚ ਹੁੰਦਾ ਨਾ ਗਲੇਸ਼ੀਅਰ ਚੋਂ। ਮਾੜੀ ਮੇਰੀ ਵੀਡੀਓ ਬਣਾਉਂਦਾ ਹੁੰਦਾ ਹੋਰ ਦੂਰ ਬਾਬੇ। ਉਹ ਕਰਤਪੁਰ ਸਾਹਿਬ ਵੀ ਮੱਥਾ ਟੇਕ ਲਿਆ ਆਪਾਂ, ਹੁਣ ਆਪਾਂ ਜਾਵਾਂਗੇ ਸਿੱਧਾ ਪਰਿਵਾਰ ਵਿਛੋੜਾ ਗੁਰਦੁਆਰੇ 'ਚ ਮੱਥਾ ਟੇਕਣ। ਅਤੇ ਬਾਬੇ ਉਹ ਆਈਸਕ੍ਰੀਮ ਖਾਣ ਲੱਗੀ, ਗਰਮੀ ਬਹੁਤ ਲੱਗਦੀ, ਇੱਥੇ ਆਹ ਬਹੁਤ ਲੱਗੀ ਹੈ ਸਾਨੂੰ। ਦੇਖੋ ਕਿਵੇਂ ਜਾ ਰਹੇ ਨੇ ਕੰਮ, ਵੈਸੇ ਔਖਾ ਵਾ ਪਰ ਕੋਈ ਨਹੀਂ ਕਰਾਂਗੇ, ਝੁਕਣਾ ਪੈਣਾ 90 ਡਿਗਰੀ ਦੇ ਐਂਗਲ 'ਤੇ।